ਅੱਜ ਆਪਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਪਹਿਲਾਂ ਗੱਲ ਕਰਨ ਜਾ ਰਹੇ ਹਾਂ। ਬਹੁਤ ਸਾਰੇ ਸਟੂਡੈਂਟ ਦੇ ਸਵਾਲ ਰਹਿੰਦੇ ਨੇ ਕਿ ਕਿੰਨਾ ਕੁ ਮੁਮਕਿਨ ਹੈ, ਕਿਹੜੀ ਪ੍ਰੋਫਾਈਲ ਸੇ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਲੱਗ ਸਕਦਾ। ਸੋ ਕੁਝ ਪ੍ਰੋਫਾਈਲਸ ਵੀ ਅੱਜ ਅਸੀਂ ਇਸ ਲਈ ਖਾਸ ਤੌਰ 'ਤੇ ਡਿਸਕਸ ਕਰਾਂਗੇ ਜਿਨ੍ਹਾਂ ਦੇ ਰੀਸੈਂਟਲੀ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਲੱਗੇ ਨੇ। ਪੇਰੈਂਟਸ ਦੀ ਪ੍ਰੋਫਾਈਲ ਕਿਸ ਤਰ੍ਹਾਂ ਦੀ ਸੀ, ਪੇਰੈਂਟਸ ਵਿੱਚੋਂ ਕੌਣ ਕਿਹੜੀ ਪ੍ਰੋਫਾਈਲ ਦੇ ਨਾਲ ਉਸਦਾ ਵੀ ਵੀਜ਼ਾ ਲੱਗਿਆ, ਉਹ ਵੀ ਡਿਟੇਲਸ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤਾਂ ਕਿ ਤੁਹਾਨੂੰ ਪੂਰਾ ਐਕਸਪਲੇਨ ਕੀਤਾ ਜਾ ਸਕੇ ਕਿ ਆਖਿਰ ਇਹ ਪ੍ਰੋਸੈਸ ਪੂਰਾ ਹੈ ਕੀ ਔਰ ਕਿਵੇਂ ਸ਼ੋਰਟੀ ਦੇ ਨਾਲ ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਲੱਗ ਸਕਦਾ ਹੈ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਅੱਜ ਖਾਸ ਤੌਰ 'ਤੇ ਆਸਟ੍ਰੇਲੀਆ ਸਟੱਡੀ ਵੀਜ਼ਾ, ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਬਾਰੇ ਗੱਲ ਕਰਨ ਲਈ, ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲਈ ਸਾਡੇ ਨਾਲ ਮੌਜੂਦ ਨੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਸਟੂਡੈਂਟ, ਜਿਵੇਂ ਕਿ ਮੈਂ ਹਰ ਵਾਰੀ ਗੱਲ ਕਰਦੀ ਹਾਂ ਕਿ ਮੈਮ ਦਾ ਤਕਰੀਬਨ 26-27 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਹੈ, ਇਸ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਸ ਜੋ ਹੈ ਰਿਸਰਚ ਮੈਮ ਨੇ ਕੀਤੇ, ਕਈ ਕਈ ਥਾਵਾਂ 'ਤੇ ਜਾਂਦੇ ਨੇ, ਕਈ ਮੁਲਕਾਂ ਵਿੱਚ ਜਾ ਕੇ ਆਉਂਦੇ ਨੇ, ਉੱਥੋਂ ਰਿਸਰਚ ਕਰਦੇ ਨੇ, ਕਈ ਪ੍ਰੋਗਰਾਮਸ ਜੋ ਹੈ ਸਟੂਡੈਂਟਸ ਲਈ ਲੱਭਦੇ ਨੇ ਤਾਂ ਕਿ ਜਿਸ ਤਰ੍ਹਾਂ ਦੀ ਵੀ ਪ੍ਰੋਫਾਈਲ ਹੈ ਸਟੂਡੈਂਟ ਨੂੰ ਉਸਦੀ ਮਨਚਾਹੀ ਮੰਜ਼ਿਲ 'ਤੇ ਭੇਜਿਆ ਜਾ ਸਕੇ। ਸੋ ਮੈਮ, ਅੱਜ ਆਪਾਂ ਜਿਵੇਂ ਕਿ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਗੱਲ ਕਰ ਰਹੇ ਹਾਂ, ਪਹਿਲਾਂ ਤਾਂ ਮੈਂ ਜ਼ਰੂਰ ਤੁਹਾਡੇ ਤੋਂ ਚਾਹੂੰਗੀ ਰੀਸੈਂਟਲੀ ਕਿਸ ਤਰ੍ਹਾਂ ਦੀ ਪ੍ਰੋਫਾਈਲ ਸੇ ਤੁਹਾਡੀ ਕੰਪਨੀ ਵੱਲੋਂ ਜੋ ਹੈ ਫਾਈਲ 'ਤੇ ਕੰਮ ਕੀਤਾ ਗਿਆ ਔਰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਸਕਸੈਸਫੁਲੀ ਅਪਰੂਵ ਕਰਵਾਇਆ ਗਿਆ। ਚਲੋ ਮੈਂ ਹਰਜੋ ਜਿੰਨੀ ਦੇਰ 'ਚ ਤੁਹਾਨੂੰ ਇਹ ਦੱਸ ਰਹੀ ਹਾਂ, ਪਹਿਲੇ ਮੈਂ ਇੱਕ ਇੰਪਾਰਟੈਂਟ ਅਪਡੇਟ ਦੇ ਦਾਂ ਕਿ ਸਾਡੀ ਕੰਪਨੀ ਜਿਹੜਾ ਯੂਰਪ ਦਾ ਇੱਕ ਸੈਮੀਨਾਰ 8 ਦਸੰਬਰ ਦਾ ਔਰ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਦਾ 16 ਦਸੰਬਰ ਦਾ ਅਸੀਂ ਰੱਖਿਆ ਹੋਇਆ ਹੈ। ਜਿੰਨੇ ਵੀ ਇਹਨਾਂ ਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ, ਯੂਨੀਵਰਸਿਟੀ ਰੈਪਸ ਦੇ ਕੋਲ ਆ ਕੇ ਇਨਫੋਰਮੇਸ਼ਨ ਲੈਣੀ ਹੈ, ਉਹ ਆ ਸਕਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੀ, ਉਹ ਵੀ ਜਿਹੜਾ ਹੈ ਸਕੂਲਿੰਗ ਸਟੂਡੈਂਟ ਵੀਜ਼ਾ। ਸਕੂਲਿੰਗ ਵੀਜ਼ਾ ਕੀ ਹੈ ਕਿ ਜਿਹੜਾ ਬੱਚਾ ਹਜੇ ਛੋਟਾ ਹੈ, ਮੈਂ ਹੁਣ ਬਰਲਿਨ ਤੋਂ ਆਈ ਹਾਂ, ਜਰਮਨੀ ਤੋਂ, ਸਾਡੀ ICF ਦੀ ਕਾਨਫਰੰਸ ਸੀ ਔਰ ਮੇਰੇ ਖਿਆਲ 1 ਵੀਕ 8 ਡੇਜ਼ ਮੈਂ ਲਗਾ ਕੇ ਆਈ ਹਾਂ। ਉੱਥੇ ਬਹੁਤ ਸਾਰੇ ਕੈਨੇਡਾ ਦੇ ਸਕੂਲ, US ਦੇ ਸਕੂਲਸ, ਆਸਟ੍ਰੇਲੀਆ ਦੇ, ਨਿਊਜ਼ੀਲੈਂਡ ਦੇ ਆਉਂਦੇ ਆ। ਅਸੀਂ ਪਹਿਲੇ ਹੀ ਬਹੁਤ ਸਾਲਾਂ ਤੋਂ ਵਿਕਟੋਰੀਅਨ ਗਾਰਮੈਂਟ ਦੇ ਅਥੋਰਾਈਜ਼ ਰੈਪ੍ਰੈਜੈਂਟੇਟਿਵਸ ਹੈ, ਠੀਕ ਹੈ। ਆਸਟ੍ਰੇਲੀਆ 'ਤੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਇਸ ਕਰਕੇ ਕਿ ਆਸਟ੍ਰੇਲੀਆ ਦਾ ਇਸ ਟਾਈਮ ਸਕੂਲਿੰਗ ਵੀਜ਼ਾ ਦਾ ਸਕਸੈਸ ਰੇਟ ਬਹੁਤ ਅੱਛਾ ਚੱਲ ਰਿਹਾ, ਉਹ ਵੀ ਅਸੀਂ ਪੇਰੈਂਟਸ ਦੇ ਨਾਲ ਲਗਾ ਰਹੇ ਹਾਂ। ਸਭ ਤੋਂ ਬੜੀ ਗੱਲ ਹੈ, ਤੁਸੀਂ ਧਿਆਨ ਨਾਲ ਸੁਣੋ ਕਿ ਪੇਰੈਂਟਸ ਦੇ ਨਾਲ ਅਸੀਂ ਲਗਾ ਰਹੇ ਹਾਂ। ਹੁਣ ਜਿਹੜਾ ਵੀਜ਼ੇ ਹੁਣ ਆਏ ਆ, ਕੱਲ੍ਹ ਹੀ ਆਇਆ, ਬੱਚਾ 7th ਕਲਾਸ 'ਚ ਪੜ੍ਹਦਾ, ਉਹਦੀ ਮਦਰ 60 ਈਅਰਸ ਦੀ ਨਾਲ ਜਾ ਰਹੀ ਆ, ਫਾਦਰ ਹੁਣ ਟੂਰਿਸਟ ਵੀਜ਼ਾ ਲਏਗਾ, ਫੈਮਿਲੀ ਇਕੱਠੀ ਜਾਏਗੀ, ਫਾਦਰ ਨੇ ਫਿਰ ਆ ਜਾਣਾ ਆਪਣਾ ਬਿਜ਼ਨਸ ਦੇਖਣਾ। ਵੈਸੇ ਵੀ ਬਣਦਾ ਵੀ ਇਹੀ ਹੈ ਕਿ ਮਦਰ ਨਾਲ ਜਾ ਰਹੀ ਹੈ ਅਤੇ ਫਾਦਰ ਨੇ ਆ ਕੇ ਆਪਣਾ ਕੰਮ ਧੰਦਾ ਕਰਨਾ ਜਿਸ ਤੋਂ ਉਹ ਫੀਸਾਂ ਪੇ ਕਰੇਗਾ। ਜਿਹੜਾ ਵੀ ਸਟੂਡੈਂਟ ਇਹਨਾਂ ਨੇ 7 'ਚ ਲਗਵਾਇਆ, ਇਹਨਾਂ ਦੇ ਆਪ ਦੇ ਕੁਛ ਫਿਊਚਰ ਪਲੈਨਸ ਹੋਣਗੇ। ਮੇਰੀ ਜਿਹੜੀ ਸਲਾਹ ਹੁੰਦੀ ਹੈ, 8th ਆਨਵਰਡ 11th-12th ਤੱਕ ਤੁਸੀਂ ਲਗਵਾਓ ਕਿ ਤੁਹਾਨੂੰ ਜਿੱਦਾਂ ਹੀ ਹੁਣ ਸਕੂਲ, ਹਰ ਬੱਚਾ ਆਸਟ੍ਰੇਲੀਆ ਜਾਣਾ ਚਾਹ ਰਿਹਾ, ਕਈ ਵਾਰੀ ਉਹਨਾਂ ਦਾ ਪ੍ਰੋਫਾਈਲ ਨਹੀਂ ਬਣਦਾ, ਵੀਜ਼ੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਆਰਟਸ ਲੈ ਲਿਆ, ਪਰਸੈਂਟੇਜ ਘੱਟ ਹੈ, ਜਾਂ 2-3 'ਚ ਜਿਹੜਾ ਉਹਨਾਂ ਦਾ ਮੇਨ ਸਬਜੈਕਟਸ ਉਹ ਅੱਛੇ ਨਹੀਂ ਹੈ, ਤਾਂ ਬੈਟਰ ਹੈ ਤੁਸੀਂ ਜਿਹੜਾ ਇਹ ਰੂਟ ਲੈਂਦੇ ਹੋ ਸਟੂਡੈਂਟ ਵੀਜ਼ਾ ਵਾਲਾ, ਸਕੂਲਿੰਗ ਵਾਲਾ, ਪੜ੍ਹਨ ਵਾਲਾ, ਇਹ ਤੁਹਾਡਾ ਜਿਹੜਾ ਕਾਲਜ ਤੱਕ ਦੀ ਸਟੱਡੀ ਵਾਸਤੇ ਤੁਹਾਨੂੰ ਬਹੁਤ ਸਕਸੈਸਫੁਲ ਹੈ। ਨਾਲ ਤੁਹਾਡੇ ਮਦਰ ਫਾਦਰ ਕੋਈ ਨਾਲ ਜਾਣਾ ਚਾਹੁੰਦੇ, ਬੇਸਿਕਲੀ ਅਸੀਂ ਹਮੇਸ਼ਾ ਮਦਰ ਨੂੰ ਪ੍ਰੈਫਰ ਕਰਦੇ ਹਾਂ ਕਿਉਂਕਿ ਉਹ ਟੇਕ ਕੇਅਰ ਵਾਸਤੇ ਥੋੜ੍ਹਾ ਈਜ਼ੀ ਹੁੰਦਾ। ਪਹਿਲੇ ਦੇ ਟਾਈਮ 'ਚ ਬਲਕਿ ਪੇਰੈਂਟਸ ਦਾ ਇੰਟਰਵਿਊ ਵੀ ਆ ਜਾਂਦੇ ਸੀ, ਹੁਣ ਕੋਈ ਇੰਟਰਵਿਊ ਵੀ ਨਹੀਂ ਆ ਰਿਹਾ ਔਰ ਬਿਨਾਂ ਇੰਟਰਵਿਊ ਦੇ ਵੀਜ਼ੇ ਆ ਰਹੇ ਆ, ਅਤੇ ਇਹ ਸਭ ਤੋਂ ਸੌਖਾ ਹੈ। ਜਿਹੜਾ ਇਹਨਾਂ ਦਾ ਟੋਟਲ ਜਾਂ ਆਪਾਂ ਟਾਈਮ ਫਰੇਮ ਦੇਖੀਏ, ਐਡਮਿਸ਼ਨ ਕਰਾਉਣੀ ਹੈ, ਐਡਮਿਸ਼ਨ ਜਿਹੜਾ ਜਿੰਨੇ ਵੀ ਵਿਕਟੋਰੀਆ ਦੇ ਵਿੱਚ ਗਵਰਨਮੈਂਟ ਸਕੂਲਸ ਹੈ, ਪੂਰੇ ਮੈਲਬਰਨ ਦੇ ਅੱਗੇ ਪਿੱਛੇ ਵਿਕਟੋਰੀਆ ਦੇ ਵਿੱਚ, ਉਹ ਸਾਰੇ 'ਚ ਅਸੀਂ ਕਿਸੇ 'ਚ ਵੀ ਐਡਮਿਸ਼ਨ ਕਰਾ ਸਕਦੇ ਹਾਂ। ਤੁਸੀਂ ਇਹ ਦੇਖੋ, ਇੰਨੀ ਸਸਤੀ ਫੀਸ ਹੈ ਕਿ ਮੈਂ ਜਦ ਕੰਪੇਅਰ ਕੀਤਾ ਕੈਨੇਡਾ ਤੋਂ, ਕੰਪੇਅਰ ਕੀਤਾ ਮੈਂ US ਤੋਂ, ਤੁਸੀਂ ਉਹ ਦੇਖੋ ਉੱਥੇ $60,000 ਸਾਲ ਦੀ ਫੀਸ, $70,000, $80,000, ਠੀਕ ਹੈ। ਨੋ ਡਾਊਟ ਉਹਦੇ ਵਿੱਚ ਬੋਰਡਿੰਗ ਹੈ, ਪਰ ਇੱਥੇ ਅਸੀਂ ਖਾਲੀ $17,000 'ਚ ਕਰਾ ਰਹੇ ਹਾਂ ਔਰ US ਡਾਲਰ ਅਤੇ ਆਸਟ੍ਰੇਲੀਅਨ ਡਾਲਰ ਦਾ ਬਹੁਤ ਫਰਕ ਹੈ। ਆਸਟ੍ਰੇਲੀਅਨ ਡਾਲਰ ਤੁਹਾਡਾ 55 ਦੇ ਨੇੜੇ ਤੇੜੇ, US ਡਾਲਰ ਜਿਹੜਾ $80 ਦਾ, ਅਤੇ ਇਹ ਤਾਂ ਤੁਹਾਨੂੰ ਬਹੁਤ ਸਸਤਾ ਇੱਕ ਰਸਤਾ ਮਿਲ ਰਿਹਾ ਜਿਹਦੇ ਵਿੱਚ ਤੁਸੀਂ ਇੰਡੀਆ ਵੀ ਅੱਛੇ ਬੋਰਡਿੰਗ ਸਕੂਲ 'ਚ ਪੜ੍ਹੋਗੇ, ਉੱਥੇ ਵੀ ਇੰਨੀ ਫੀਸ ਹੈ।
ਅਤੇ ਜੇ ਉੱਥੇ ਆਸਟ੍ਰੇਲੀਆ ਜਾ ਰਹੇ ਹੋ ਨੈਚੁਰਲ ਹੈ, ਤੁਹਾਨੂੰ ਇੱਕ ਲਾਈਫ ਦਾ ਐਕਸਪੋਜ਼ਰ ਮਿਲ ਰਿਹਾ, ਤੁਸੀਂ ਜਾ ਕੇ ਆਪਣਾ ਜਾਂ ਬੱਚਾ ਮਤਲਬ 10th ਵਿੱਚ ਹੈ ਜਾਂ 11th ਵਿੱਚ ਹੈ ਤਾਂ ਉਹਦਾ ਅੱਗੇ ਦਾ ਰਸਤਾ ਤਾਂ ਬਹੁਤ ਹੀ ਈਜ਼ੀ ਹੋ ਜਾਂਦਾ ਹੈ। ਅਤੇ ਇਹਦੇ ਵਿੱਚ ਕੀ ਹੈ, ਜਿਹੜਾ ਵੀਜ਼ਾ ਵਾਸਤੇ ਪੇਰੈਂਟਸ ਦੀ ਇਨਕਮ ਅੱਛੀ ਹੋਣੀ ਚਾਹੀਦੀ ਹੈ, ਸੇਵਿੰਗਸ ਠੀਕ ਹੋਣੀ ਚਾਹੀਦੀ ਹੈ ਸਪੋਂਸਰ ਦੇ, ਤਾਂ ਹੀ ਤੁਸੀਂ ਵੀਜ਼ਾ ਲੈ ਸਕਦੇ ਹੋ। ਕਿਉਂਕਿ ਕਿਧਰੇ ਵੀ ਤੁਸੀਂ ਜਾ ਰਹੇ ਹੋ ਤੁਹਾਡੇ ਕੋਲ ਫਾਈਨੈਂਸ਼ੀਅਲ ਮੀਨਸ ਹੈ ਤੁਸੀਂ ਪੜ੍ਹਨ ਵਾਸਤੇ ਉਹ, ਕਿਉਂਕਿ 7th ਕਲਾਸ ਦੇ ਬੱਚੇ ਦਾ ਉਹਨਾਂ ਨੇ ਸਿੱਧਾ 5 ਸਾਲ ਦਾ ਵੀਜ਼ਾ ਦਿੱਤਾ, ਤੁਸੀਂ ਇਹ ਦੇਖੋ। ਉਹਦੇ ਬਾਅਦ ਬੱਚਾ ਅੱਗੇ ਐਡਮਿਸ਼ਨ ਲੈ ਕੇ ਅੱਗੇ ਐਕਸਟੈਂਡ ਹੋ ਜਾਏਗਾ। ਅਤੇ ਵੀਜ਼ਾ ਲੰਬਾ ਦਿੰਦੇ ਆ, ਪਰ ਇਹ ਹੈ ਕਿ ਤੁਹਾਡਾ ਜਿਹੜਾ ਹੈ ਫਾਈਨੈਂਸ਼ੀਅਲਸ ਮੀਨਸ ਥੋੜ੍ਹੇ ਠੀਕ ਦਿਖਾਉਂਦੇ ਆ, ਇਨਕਮ ਟੈਕਸ ਰਿਟਰਨਾਂ ਥੋੜ੍ਹੀ ਠੀਕ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀ ਤੁਸੀਂ ਪੜ੍ਹਾਈ ਕਰਨ ਵਾਸਤੇ ਜਾ ਰਹੇ ਹੋ ਉਹਦੇ ਵਾਸਤੇ ਪੇਰੈਂਟਸ ਅਫੋਰਡ ਕਰ ਸਕਦੇ ਹੈ ਕਿ ਨਹੀਂ, ਇੱਕ ਇਹ ਮੇਨ ਮੁੱਦਾ ਰਹਿੰਦਾ। ਜਾਂ ਪੇਰੈਂਟਸ ਦੇ ਕੋਲ ਇਨਕਮ ਠੀਕ ਹੈ, ਬਿਜ਼ਨਸ ਠੀਕ ਹੈ, ਮਦਰ ਨਾਲ ਜਾਣਾ ਚਾਹੁੰਦੀ ਹੈ, ਦਿਸ ਇਜ਼ ਦਾ ਗੁੱਡ ਅਪਰਚੁਨਿਟੀ ਫੋਰ ਦਾ ਸਕੂਲਿੰਗ ਵੀਜ਼ਾ। ਉਹਨਾਂ ਦਾ ਜੈਨ ਇਨਟੇਕ ਹੈ, ਜੈਨ ਇਨਟੇਕ ਵਾਸਤੇ ਹਜੇ ਤੁਸੀਂ ਅਪਲਾਈ ਕਰ ਸਕਦੇ ਹੋ। ਜੀ ਜੀ ਬਿਲਕੁਲ। ਸੋ ਮੈਮ ਥੋੜ੍ਹਾ ਜਿਹਾ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਸੈਮੀਨਾਰਸ ਦੀ ਗੱਲ ਕੀਤੀ ਹੈ, ਮੈਂ ਜ਼ਰੂਰ ਚਾਹੂੰਗੀ ਜਿਵੇਂ 8 ਦਸੰਬਰ ਨੂੰ ਯੂਰਪ ਔਰ 16 ਦਸੰਬਰ ਨੂੰ ਆਸਟ੍ਰੇਲੀਆ ਔਰ ਕੈਨੇਡਾ ਦਾ ਜੋ ਤੁਸੀਂ ਸੈਮੀਨਾਰ ਔਰਗਨਾਈਜ਼ ਕੀਤਾ ਸਟੂਡੈਂਟਸ ਲਈ, ਇਸਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਪ੍ਰੋਫਾਈਲਸ ਵਾਲੇ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੇ ਬੈਨੀਫਿਟਸ ਮਿਲ ਸਕਦੇ ਨੇ, ਥੋੜ੍ਹਾ ਜਿਹਾ ਇਸ ਬਾਰੇ ਵੀ ਜ਼ਰੂਰ ਸਟੂਡੈਂਟਸ ਨੂੰ ਜਾਣਕਾਰੀ ਦਿਓ। ਦੇਖੋ ਕੋਈ ਵੀ ਜਦੋਂ ਯੂਨੀਵਰਸਿਟੀ ਰਹਿ ਪਾਉਂਦੇ ਆ ਬੱਚਾ ਸਕਾਲਰਸ਼ਿਪ ਡਾਇਰੈਕਟ ਲੈ ਸਕਦਾ ਉਹਨਾਂ ਤੋਂ, ਔਰ ਹਰ ਯੂਨੀਵਰਸਿਟੀ ਦਾ ਰੈਪ ਆਪਣੇ ਆਪ 'ਚ ਸਪੈਸ਼ਲਾਈਜ਼ਡ ਹੈ, ਇਸ ਕਰਕੇ ਉਸ ਯੂਨੀਵਰਸਿਟੀ ਦੀ ਪਰਟੀਕੁਲਰ ਯੂਨੀਵਰਸਿਟੀ ਦੀ ਇਨਫੋਰਮੇਸ਼ਨ ਜ਼ਿਆਦਾ ਅੱਛੀ ਮਿਲ ਜਾਂਦੀ ਹੈ। ਅਤੇ ਉਹ ਜਦ ਇਨਫੋਰਮੇਸ਼ਨ ਲੈਣ ਆਉਂਦੇ ਆ, ਔਰ ਉਸ ਦਿਨ ਕਾਫੀ ਸਾਰੀ ਹੋਰ ਵੀ ਇਨਫੋਰਮੇਸ਼ਨ ਮਿਲਦੀ ਹੈ ਬੱਚੇ ਨੂੰ, ਕੋਈ ਐਪਲੀਕੇਸ਼ਨ ਫੀਸ ਵੇਵਰ ਹੈ ਜਾਂ, ਕਿਉਂਕਿ ਹੁਣ ਕੋਈ ਵੀ ਕੰਟਰੀ ਦਾ ਜੇ ਅਪਲਾਈ ਕਰਨਾ ਤਾਂ ਦਿਸ ਇਜ਼ ਦਾ ਲਾਸਟ ਟਾਈਮ, ਵੈਸੇ ਤਾਂ ਲੇਟ ਹੋ ਗਿਆ, ਬਟ ਜੈਨ ਵਾਸਤੇ ਹਜੇ ਵੀ ਜਿੱਦਾਂ ਆਸਟ੍ਰੇਲੀਆ ਦੀ ਹਜੇ ਆਪਸ਼ਨ ਹੈ, ਯੂਰਪ ਦੀ ਕੁਛ ਆਪਸ਼ਨਸ ਹੈ, ਉਹਦੇ ਵਾਸਤੇ ਅਪਲਾਈ ਕਰ ਸਕਦੇ ਹਾਂ। ਚਲੋ ਠੀਕ ਹੈ। ਔਰ ਸਟੂਡੈਂਟਸ ਦਾ ਕੋਈ ਸਵਾਲ ਹੈ, ਦੇਖੋ ਅਪਲਾਈ ਕਰਨ ਨੂੰ ਲੈ ਕੇ ਜਿਹੜੇ ਸਿੰਸੀਅਰ ਸਟੂਡੈਂਟਸ ਨੇ ਉਹਨਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਤੁਸੀਂ ਮੈਮ ਦੀ ਗਾਈਡੈਂਸ ਦੇ ਨਾਲ ਅੱਗੇ ਵਧੋ, ਔਰ ਜਿਸ ਤਰ੍ਹਾਂ ਮੈਮ ਤੁਹਾਨੂੰ ਗਾਈਡ ਕਰਨ ਉਸ ਰਸਤੇ 'ਤੇ ਜੇਕਰ ਤੁਸੀਂ ਚੱਲਦੇ ਹੋ, ਤਾਂ ਜਿਵੇਂ ਹੋਰ ਕਈ ਸਟੂਡੈਂਟਸ ਮੈਮ ਦੀ ਗਾਈਡੈਂਸ ਨਾਲ ਆਪਣਾ ਸੁਪਨਾ ਸਾਕਾਰ ਕਰ ਚੁੱਕੇ ਨੇ, ਤੁਸੀਂ ਵੀ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹੋ। ਸੋ ਇਹਨਾਂ ਸੈਮੀਨਾਰਸ ਦੇ ਵਿੱਚ ਜ਼ਰੂਰ ਪਹੁੰਚੋ। 8 ਦਸੰਬਰ ਨੂੰ ਯੂਰਪ ਦਾ ਸੈਮੀਨਾਰ ਹੈ, ਔਰ ਅਗਰ ਅਸੀਂ ਗੱਲ ਕਰੀਏ ਆਸਟ੍ਰੇਲੀਆ ਔਰ ਕੈਨੇਡਾ ਦੇ ਲਈ, 16 ਦਸੰਬਰ ਨੂੰ ਹੈ, ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਤੁਸੀਂ ਪਹੁੰਚ ਸਕਦੇ ਹੋ। ਜ਼ਰੂਰ ਜਿਹੜਾ ਨੰਬਰ ਦਿੱਤਾ ਇਸ ਉੱਪਰ ਕਾਲ ਕਰਕੇ ਐਡਮਿਸ਼ਨਸ ਨੂੰ ਲੈ ਕੇ, ਸੈਮੀਨਾਰਸ ਨੂੰ ਲੈ ਕੇ ਤੁਸੀਂ ਗੱਲ ਕਰ ਸਕਦੇ ਹੋ। ਅਤੇ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ, ਅੱਜ ਤੁਸੀਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਖਾਸ ਗੱਲਾਂ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ।